ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਸੀਨੀਅਰ ਅਫਸਰਾਂ ਦੀਆਂ ਹਿਦਾਇਤਾਂ ਤੇ ਥਾਣਾ ਗੁਰਾਏ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਹੈਰੋਇਨ ਅਤੇ ਨਕਦੀ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੁਰਾਇਆ SHO ਕੇਵਲ ਸਿੰਘ ਨੇ ਦੱਸਿਆ ਕਿ ਚੌਂਕੀ ਇੰਚਾਰਜ ਰੁੜਕਾ ਕਲਾ ASI ਗੁਰਸ਼ਾਨ ਸਿੰਘ ਅਤੇ ਚੌਂਕੀ ਦਸਾਂਝ ਕਲਾ ਦੇ ਇੰਚਾਰਜ ASI ਹਰਜੀਤ ਸਿੰਘ ਨੇ ਗਸ਼ਤ ਦੌਰਾਨ ਪਿੰਡ ਵਿਰਕਾਂ ਦੇ ਚੁਰਸਤੇ ਤੇ ਕੁਲਵਿੰਦਰ ਪਾਲ ਉਰਫ ਮਿੰਦਾ ਪੁੱਤਰ ਜੋਗਿੰਦਰ ਪਾਲ ਵਾਸੀ ਪਿੰਡ ਗੁਹਾਵਰ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ, ਜਿਸ ਪਾਸੋਂ 30 ਗ੍ਰਾਮ ਹੈਰੋਇਨ ਸਮੇਤ ਪੋਲੋ ਗੱਡੀ ਨੰਬਰ PV13 AH8487 ਅਤੇ 1,00,000 ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ, ਜਿਸ ਖਿਲਾਫ਼ ਬਣਦਾ ਮਾਮਲਾ ਦਰਜ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਅਤੇ ਤਫਤੀਸ਼ ਦੌਰਾਨ ਕੁਲਵਿੰਦਰ ਪਾਲ ਦੀ ਗੱਡੀ ਸਵਿਫਟ ਡਿਜ਼ਾਇਰ ਨੰਬਰ PV08DA2226 ਵਿੱਚੋਂ 10 ਗ੍ਰਾਮ ਹੈਰੋਇਨ ਅਤੇ ਇੱਕ ਅਲਟੋ ਕਾਰ ਨੰਬਰ PV08BT0614 ਵਿੱਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਉਹਨਾਂ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਪਾਸੋਂ ਇੱਕ ਮੋਟਰਸਾਈਕਲ ਸਪਲੈਂਡਰ ਪਲੱਸ ਅਤੇ ਇੱਕ ਮੋਟਰਸਾਈਕਲ ਬੁਲਟ ਵੀ ਬਰਾਮਦ ਕੀਤਾ ਗਿਆ ਹੈ। ਫੜੇ ਗਏ ਵਿਅਕਤੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਇਸ ਵਿਅਕਤੀ ਖਿਲਾਫ਼ ਵੱਖ ਵੱਖ ਥਾਣਿਆਂ ਵਿੱਚ ਪਹਿਲਾਂ ਵੀ NDPS ਐਕਟ ਦੇ 3 ਮਾਮਲੇ ਦਰਜ ਹਨ। ਸ੍ਰੀ ਨਵਜੋਤ ਸਿੰਘ ਮਹਾਲ PPS ਸੀਨੀਅਰ ਪੁਲਿਸ ਕਪਤਾਨ ਜਲੰਧਰ, ਸ੍ਰੀ ਰਾਜਵੀਰ ਸਿੰਘ PPS ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸ੍ਰੀ ਦਵਿੰਦਰ ਅਤਰੀ PPS ਉਪ ਕਪਤਾਨ ਸਬ ਡਿਵੀਜ਼ਨ ਫਲੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੀ ਯੋਗ ਅਗਵਾਈ 'ਤੇ ASI ਗੁਰਸ਼ਰਨ ਸਿੰਘ, ASI ਹਰਜੀਤ ਸਿੰਘ, ਚੌਕੀ ਜਦ ਸਾਂਝ ਕਲਾਂ ਨੇ ਗਸ਼ਤ ਦੌਰਾਨ ਚੁਰਸਤਾ ਬ੍ਰੇਕਾਂ 'ਤੇ ਇੱਕ ਕਾਰ ਨੰਬਰੀ PV013 AH8487 ਰੰਗ ਚਿੱਟਾ ਪੋਲੋ ਰੋਕੀ, ਜਿਸ ਨੂੰ ਕੁਲਵਿੰਦਰ ਸਿੰਘ ਉਰਫ ਮਿੰਦਾ ਪੁੱਤਰ ਜੋਗਿੰਦਰ ਪਾਲ ਕੌਮ ਸਾਂਸੀ ਪਿੰਡ ਕਹਾਵਰ ਥਾਣਾ ਗਰਾਇਆ ਚਲਾ ਰਿਹਾ ਸੀ, ਜਿਸ ਦੀ ਤਲਾਸ਼ੀ ਲੈਣ 'ਤੇ ਮੌਕੇ 'ਤੇ 30 ਗ੍ਰਾਮ ਹੀਰੋਇਨ ਅਤੇ 1,00,000 ਰੁਪਇਆ ਭਾਰਤੀ ਕਰੰਸੀ ਨੋਟ ਬਰਾਮਦ ਹੋਏ, ਜਿਸ 'ਤੇ ਮੁਕੱਦਮਾ ਨੰਬਰ 159-12-7-19 ਦਰਜ ਰਜਿਸਟਰ ਕਰਕੇ ਅਗਲੀ ਪੁੱਛਗਿੱਛ ਦੌਰਾਨ ਜਿਸ ਪਾਸੋਂ 2 ਗੱਡੀਆਂ 2 ਮੋਟਰਸਾਈਕਲ ਬਰਾਮਦ ਹੋਏ ਅਤੇ 20 ਗ੍ਰਾਮ ਵੱਖ ਵੱਖ ਗੱਡੀਆਂ 'ਚੋਂ 10-10 ਗ੍ਰਾਮ ਹੀਰੋਇਨ ਬਰਾਮਦ ਹੋਈ, ਜਿਸ 'ਤੇ ਕੁੱਲ ਹੀਰੋਇਨ 50 ਗ੍ਰਾਮ ਬਰਾਮਦ ਹੋਈ, ਜਿਸ 'ਤੇ ਮੁਕੱਦਮਾ ਦਰਜ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕਰਕੇ ਅਗਲੀ ਪੁੱਛਗਿੱਛ ਜਾਰੀ। ਇਸ 'ਤੇ 3 ਮੁਕੱਦਮੇ ਪਹਿਲਾਂ NDPS 'ਤੇ ਚੱਲਦੇ ਹਨ ਜੋ ਅੰਡਰ ਟ੍ਰਾਇਲ, ਇਹ ਉਸਦੇ ਜਵਾਨ 'ਤੇ ਆ ਅਤੇ ਜਿਹੜਾ ਇਹ ਗਰਾਇਆ ਏਰੀਆ, ਫਗਵਾੜਾ ਏਰੀਆ ਅਤੇ ਫਲੋਰ ਏਰੀਏ 'ਚ ਹੀਰੋਇਨ ਵੇਚਣ ਦਾ ਧੰਦਾ ਕਰਦਾ ਸੀ, ਇਹ ਵੇਚਦਾ ਜੀ। ਉਹਦੀ ਪੁੱਛਗਿੱਛ ਜਾਰੀ ਆ, ਅਗਲੀ ਜੋ ਵੀ ਗੱਲ ਆਈ ਸਾਹਮਣੇ ਨੋਟ 'ਚ ਲਿਆ। ਜਿਹੜੇ 1,00,000 ਰੁਪਏ ਦੀ ਕਰੰਸੀ ਹੈ ਜੀ, ਇਹ ਹੀਰੋਇਨ ਦੇ ਵਿੱਚੋਂ ਇਹਨੂੰ ਪ੍ਰਾਪਤ, DTO ਸਾਹਿਬ ਤੋਂ ਕਰਕੇ ਬੈਂਕਾਂ ਦੇ ਅਕਾਊਂਟ ਵਗੈਰਾ ਸਾਰੇ ਇਹਦਾ ਚੈੱਕ ਕਰਕੇ ਜੋ ਵੀ ਗੱਲ ਸਾਹਮਣੇ ਆਈ ਅੱਗੇ ਲਿਆ। ਸਾਰੀ ਗੱਡੀਆਂ 'ਤੇ ਜਿਹੜੇ ਮੋਟਰਸਾਈਕਲ ਫੜ ਹੋਏ ਜੀ, ਇਹਦੇ ਨਾਮ 'ਤੇ ਹੈ ਜੀ? ਕੁਛ ਇਹਦੇ ਨਾਮ 'ਤੇ ਆ, ਕੁਛ ਇਹਦੇ, ਇਹ ਸਾਰਾ ਚੈੱਕ ਕਰਕੇ DTO ਸਾਹਿਬ ਤੋਂ ਕਰਕੇ ਸਾਰਾ ਪਤਾ ਕਰਕੇ ਅਗਲੀ ਦੁਖੀ ਸੋਚ ਲਿਆ।